ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ VIP ਸੈਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਸ਼੍ਰੀਮਾਨ ਨੇ ਕਿਹਾ ਕਿ ਉਹ ਜੇਲ੍ਹਾਂ ਵਿੱਚ VIP ਕਲਚਰ ਨੂੰ ਖਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੇ VIP ਕਮਰਿਆਂ ਨੂੰ ਸਟਾਫ ਦੀ ਵਰਤੋਂ ਲਈ ਪ੍ਰਬੰਧਕੀ ਬਲਾਕ ਬਣਾਇਆ ਜਾਵੇਗਾ। ਉਨ੍ਹਾਂ ਵੀਡੀਓ ਸੁਨੇਹਰਾ ਹੀ ਕਿਹਾ ਕਿ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਦੁਰਵਰਤੋਂ ਰੋਕਣ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ 710 ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਜੇਲ੍ਹਾਂ ਹੁਣ ਅਸਲ ਜੇ ਸੁਧਾਰ ਕਰ ਹੋਣ ਗਿਆ ਸ਼੍ਰੀਮਾਨ ਨੇ ਸੂਬੇ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਉਹਨਾਂ ਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਹੋਰ ਪੈਲ ਕਦਮੀਆਂ ਦਾ ਵੀ ਜ਼ਿਕਰ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹੁੰਦੇ ਹਨ ਕਿ ਅਦਾਲਤਾਂ ਵੱਲੋਂ ਦੋਸ਼ੀ ਿਕrar ਕੀਤੇ ਗਏ ਬੰਦਾ ਜੇਲ੍ਹਾਂ ਵਿੱਚ ਵੀ ਆਈਪੀ ਕਿਵੇਂ ਬਣ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਗੈਂਗਸਟਰਾਂ ਦਾ ਨੈੱਟਵਰਕ ਚੱਲਦਾ ਹੈ ਅਤੇ ਉਹਨਾਂ ਦੀ ਸਰਕਾਰ ਇਹਨਾਂ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਵਚਨਬੱਧ ਹੈ। ਚੋਣਾਂ ਵੇਲੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਅਪਰਾਧੀਆਂ ਦਾ ਗੈਂਗਸਟਰਾਂ ਦਾ ਜਿਹੜਾ ਨੈੱਟਵਰਕ ਹੈ ਉਹ ਜੇਲ੍ਹਾਂ ਤੋਂ ਚੱਲਦਾ ਹੈ। ਉਹਨੂੰ ਅਸੀਂ ਬੰਦ ਕਰਾਂਗੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪਿਛਲੇ 50 ਦਿਨਾਂ ਚ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜਾਂ ਦੇ ਵਿੱਚ ਸਰਚ ਡਰਾਈਵ ਚਲਾ ਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਦੇ ਵਿੱਚ 710 ਮੋਬਾਈਲ ਫੋਨ ਜਿਹੜਾਂ ਚ ਫੜੇ ਗਏ ਨੇ ਜਿਨ੍ਹਾਂ ਨੂੰ ਕਿ ਗੈਂਗਸਟਰ ਤੇ ਅਪਰਾਧੀ ਆਪਣੇ ਗੋਰਖਦੰਦੇ ਚਲਾਉਣ ਲਈ ਵਰਤਦੇ ਸੀ ਹੁਣ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨਾਂ ਦੀਆਂ ਘੰਟੀਆਂ ਨਹੀਂ ਵੱਜਣਗੀਆਂ ਇਸ ਤੋਂ ਇਲਾਵਾ ਜੇਲ੍ਹਾਂ ਨੂੰ ਸੱਚੀ ਮੁੱਚੀ ਸੁਧਾਰ ਘਰ ਬਣਾਇਆ ਜਾਊਗਾ ਕਿਉਂਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਕੋਈ ਕੋਰਟ ਜਿਹੜੀ ਸਜ਼ਾ ਦਿੰਦੀ ਹੈ ਕਿਸੇ ਬੰਦੇ ਨੂੰ ਉਹ ਜੇਲ੍ਹ ਜਾ ਕੇ ਵੀਆਈਪੀ ਕਿਵੇਂ ਬਣ ਜਾਂਦਾ ਹੈ ਜੇਲ੍ਹ 'ਚ ਜਿਹੜਾ ਬੰਦਾ ਗਿਆ ਕਿਸੇ ਕਾਨੂੰਨ ਨੂੰ ਤੋੜਨ ਦੇ ਕਿਸੇ ਜੁਰਮ ਦੇ ਫੈਸਲੇ ਦੀਨ ਤਾਂ ਫਿਰ ਉਹ ਵੀ ਆਈਪੀ ਕਾਦਰ ਰਹਿ ਗਿਆ ਤਾਂ ਅਸੀਂ ਜੇਲ੍ਹਾਂ ਦੇ ਵਿੱਚੋਂ ਜਿਹੜਾ ਵੀ ਆਈਪੀ ਕਲਚਰ ਹੈ ਉਹ ਖਤਮ ਕਰਨ ਲੱਗੇ ਆ ਜਿੰਨੇ ਵੀ ਵੀ ਆਈਪੀ ਬੜੇ ਸ਼ਾਨਦਾਰ ਕਮਰੇ ਬਣਾਏ ਹੋਏ ਸੀ ਲੋਕਾਂ ਨੂੰ ਤਾਂ ਲੱਗਦਾ ਸੀ ਉਹ ਜੇਲ੍ਹ ਚ ਹੈ ਪਰ ਉਹ ਉੱਥੇ ਬੈਠ ਕੇ ਆਰਾਮ ਕਰਦੇ ਸੀ ਉੱਥੇ ਬੈਠ ਕੇ ਬੈਡਮਿੰਟਨ ਖੇਡਦੇ ਸੀ ਟੈਨਿਸ ਖੇਡਦੇ ਸੀ ਆਰਾਮ ਨਾਲ ਟੀਵੀ ਆਂ ਦੇਖਦੇ ਸੀ ਉਹ ਕਲਚਰ ਅਸੀਂ ਬੰਦ ਕਰਨ ਲੱਗੇ ਆ ਜਿੰਨੇ ਵੀ ਵੀਆਈਪੀ ਰੂਮ ਨੇ ਜਾਂ ਵੀਆਈਪੀ ਪੋਰਸ਼ਨ ਹੈ ਜਿਹੜਾ ਦੇ ਵਿੱਚ ਉਹਨੂੰ ਅਸੀਂ ਪ੍ਰਬੰਧਕੀ ਬਲਾਕ ਦੇ ਵਿੱਚ ਬਦਲਣ ਲੱਗੇ ਆ ਤਾਂ ਕਿ ਜੇਲ ਦਾ ਸਟਾਫ ਜਿਹੜਾ ਉਹ ਵਧੀਆ ਤਰੀਕੇ ਨਾਲ ਕੰਮ ਕਰ ਸਕੇ ਅਸੀਂ ਸਿਰਫ ਜੇਲਾਂ ਦੇ ਵਿੱਚੋਂ ਮੋਬਾਈਲ ਫੋਨ ਨਹੀਂ ਫੜੇ ਬਲਕਿ ਮੋਬਾਈਲ ਫੋਨ ਕਿਦੇ ਨਾਂ ਤੇ ਸੀ ਜਦ ਮੋਬਾਈਲ ਫੋਨ ਹੋ ਕੀਨੇ ਪਹਚਾਇਆ ਜੇਲ੍ਹ ਦੇ ਅੰਦਰ ਉਹਨਾਂ ਦੇ ਵਿਰੁੱਧ ਵੀ ਸਖਤ ਕਾਰਵਾਈ ਕਰ ਰਹੇ ਆ